ते वकास जियो चपेड़ मी आवाज डोंट टच मी ओए हो जियो अवकाश ते आबद जापी तारिया बे पहला जप पहला वाला जना जापी कामयाब चीमा सा कबड्डर ते जापी यासर म्याऊ पतो की ये ते गुजरा दा पिंडे ते तगड़ा जोड़ जे चीमा साहब ते यासर म्याऊ साहब साढ़े मेहमान खुसूसी इस मैच को लुत्फ अंदोज हो रहे ने और जिन्हें भी चल के आए ने सारे इंतजाम में 1 2 3 गो चीमा साहब कबड्डर ते जापी यासर म्याऊ 6 फुट ते 3 इंच का दे चीमा साहब का ओए होए जी ओए जबरदस्त पीछे आ तो ताड़ियां जोरदार ताड़ियां चीमा वेलडन तेरी चीमा साहब सुना दी ताड़ियां भाई इधर आओ चीमा साहब स्टेज पे ए जड़े साडे मेहमान ने कबड्डरा दी मेहनत ने जड़े साडे मेहमान मां 500 रुपया चीमा साहब हाजी अकरम साहब ने 500 रुपया चीमे ने जरा जफे दा ਇਸੇ ਤਰ੍ਹਾਂ ਹੀ ਹੌਸਲਾ ਫਦਾਈ ਜਿੰਨੇ ਵੀ ਸਾਡੇ ਸਟੇਜ ਤੇ ਮਹਿਮਾਨ ਨੇ ਸਾਰੇ ਪਲੇਅਰਾਂ ਦੀ ਉਸਤਾਦ ਸਾਬਰ ਪਾਕਿਸਤਾਨ ਆਰਮੀ ਦੇ ਕਪਤਾਨ ਦੇ ਨਾਲ ਦੀ ਤਾੜੀਆਂ ਬਈ ਜਾਪੀ ਉਸਤਾਦ ਸਾਬਰ ਬੈਟਰੀ ਘਟ ਦੂਸਰੇ ਦਾ ਕਿਨਾਂ ਹੈ ਭਾਈ ਕਾਕਾ ਜੀ ਇਹਨਾਂ ਦਾ ਕਿਨਾਂ ਹੈ ਦੂਸਰੇ ਦਾ ਅਰਫਾਨ ਅਰਫਾਨ ਕਬੱਡਰ ਤੇ ਉਸਤਾਦ ਸਾਬਰ ਜਾਪੀ तगड़ा जो कप्तान स्टार साबर आर्मी का कप्तान दुनिया दे विच रख बंदे ऐसा बैन खलोन कोल होवे ते हसन सारे टुर जावे ते रोन 1 2 3 गो रे स्टार साबर यो दरवी उधर अरफान ते इधर साबर तगड़ा जो तगड़ा जफा जी साबर साहब जिन्हें इजाफी लोग पिटते पे उन्होंने लगे गुजारिश है कि बैठ जाओ जेडे प्लेयर ने वो भी बैठ जाओ ताकि दूसरे को देखने का यार देखने च कोई तकलीफ महसूस ना ओए ताड़ियां इंज दियां चपेड़ा देखने आई आवाम साबर पिछे हट के भाई ओए होए होए ओ नेरी सरफान दिया भाई हट के अरफान ते साबर ओए होए 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 तारिया भाई अरफान तेरा दिया इधर आओ जी अरफान साहब हाजी अकरम साहब को इनाम वसूल करो स्टेज ते जिन्ने भी मेहमान कोई नहीं खेड दे विच जीत रहना जबरदस्त भाई इरफान साहब हाजी अकरम साहब को जनाब 500 रुपया जो फायदा नाम और इसे तरह जनाब जवेद चद्दर कबड्डर ते जापी वकास जाट हो तेरी चद्दर है जवेद चद्दर जप्पा शुरू हूं जनाब मजा दे हूं चपेड़ा का पता लगना जे आए पठे वाली चल गए जवे चादर च शफाक पठे का मैं शगिर्द लगता है तेरी ओए ओए वकास जा जट जवे चादर आए पीछे चल भाई दाड़ियां पीछे अगे वो अगे चल जे जवे चादर के नाम दाड़ियां जोड़ रहा इंज की गोडी वेखण वाला है ओए होए हद तेरी खैर जी ओए ताड़ियां बज वे चद्दर बना दिया रैना इधर आओ जनवेद साहब हाजी अकरम साहब को आके अपना नाम वसूल करो
ਹਾਜੀ ਅਕਰਮ ਸਾਹਿਬ ਫੀ ਜੱਫਾ 500 ਰੁਪਿਆ ਜਨਾਬ ਇਨਾਮ ਦੇ ਰਹੇ ਨੇ ਕਬੱਡੇ ਟਿੱਟ ਨੂੰ ਔਰ ਠੇਕੇਦਾਰ ਆਸਿਫ ਸਾਹਿਬ ਨੇ ਮੋਹਤਰਮ ਸ਼ਾਨਾ ਸਾਹਿਬ ਨੇ ਮੋਹਤਰਮ ਬਾਬਰ ਸਾਹਿਬ ਨੇ ਕਰਾਮਤ ਸਾਹਿਬ ਨੇ ਮੁਹੰਮਦ ਆਸਿਫ ਸਾਹਿਬ ਇਮਰਾਨ ਸਾਹਿਬ ਵਸੀਮ ਸਾਹਿਬ ਸਫਿਆਨ ਸਾਹਿਬ ਇਹ ਸਾਰੇ ਮਹਿਮਾਨਾਂ ਦਾ ਹੱਕ ਬਣਦਾ ਕਿ ਸਾਰੇ ਕੁਛ ਨਾ ਕੁਛ ਜ਼ਰੂਰ ਹੌਸਲਾ ਅਫਜ਼ਾਈ ਕਰਨ ਸਾਰਿਆਂ ਦੇ ਤਾਂ ਕਿ ਸਾਰੇ ਪਲੇਅਰ ਸਾਰੇ ਬੰਦੇ ਇਸ ਹਿਰਸ ਨੂੰ ਇਹ ਉਮੀਦ ਨਾਲ ਆਉਂਦੇ ਨੇ ਕਿ ਯਾਰ ਉੱਥੇ ਜਾਣਾ ਅਤੇ ਉੱਥੋਂ ਦੇ ਲੋਕਾਂ ਦੀ ਮੁਹੱਬਤ ਚਾਹਤ ਨੂੰ ਯਾਦ ਰੱਖਿਆ ਜਾਵੇ ਕਬੱਡਰ ਅਤੇ ਜਾਫੀ ਸੁਹੇਲ ਤਗੜਾ ਜੱਫਾ ਰੈਫਰੀ ਜਨਾਬ ਰਾਜਾ ਕਾਕਾ ਫਤੋਵਾਲ ਇਹ ਰਾਜਾ ਕਾਕਾ ਸਾਹਿਬ ਦੀ ਮਿਹਰਬਾਨੀਆਂ ਨੇ ਕਾਫਸ਼ਾਂ ਨੇ ਕਿ ਜਿਨ੍ਹਾਂ ਨੇ ਐਡੇ ਪਲੇਅਰ ਤੁਹਾਡੇ ਇਸ ਪਿੰਡ 'ਚ ਮੰਗਵਾਏ ਨੇ ਔਰ ਕਬੱਡੀ ਦੇਖਣ ਦਾ ਮੌਕਾ ਫਰਾਹਮ ਕੀਤਾ ਹੈ। 1 2 3 ਗੋ ਜ਼ਿੰਦਗੀ ਤਮਾਸ਼ਾ ਬਣੀ ਓਏ ਓਏ ਪਿੱਛੇ ਹਟ ਓਏ ਡੋਨਟ ਟੱਚ ਮੀ ਆਏ ਵਿਕਾਸ ਹਲਾ ਬਈ ਚਪੇੜਾਂ ਦੀ ਆਵਾਜ਼ ਆਉਣੀ ਚਾਹੀਦੀ ਹੈ ਵਿਕਾਸ ਸਾਹਿਬ ਜਦੋਂ ਵਿੱਚ ਪੇੜਾਂ ਦੀ ਆਵਾਜ਼ ਆਏ ਫਿਰ ਇੰਜ ਦੇ ਨੇ ਅੜ ਕੇ ਵੇ ਚਪੇੜਾਂ ਦੀ ਆਵਾਜ਼ ਆਏਗੀ ਫਿਰ ਤਾੜੀਆਂ ਤਾੜੀਆਂ 1 2 3 ਗੋ ਕੱਟਾ ਉੱਠਦਾ ਚਲੋ ਕੱਟਾ ਉੱਠਦਾ ਯਾਰ ਚਲੋ ਪਸੀਨਾ ਆਇਆ ਹਵਾ ਅੱਜ ਯਾਸਰ ਮਿਓ ਇਕਬਾਲ ਦੇ ਕਈ ਬੋਲ ਲਾਂਗੇ ਥੱਲੇ ਬੈਠ ਜਾਓ ਬਈ ਥੱਲੇ ਕਹਿੰਦਾ ਤੇਰੇ ਯਾਸਰ ਮਿਓ ਤੇ ਸਹਿਲ ਗੋਂਦਲ ਚਾਪੀ ਤੇ ਕਬੱਡਰ ਯਾਸਰ ਮਿਓ ਸਲਾਮਤ ਦੀ ਤਰਫੋਂ ਬਈ 1000 ਰੁਪਿਆ ਸੀ ਜੱਫੇ ਦਾ ਲੱਗ ਗਿਆ ਸਲਾਮਤ ਅਲੀ ਦੀ ਤਰਫੋਂ ਓਏ ਸਹਿਲ ਹਲਾ ਬਈ ਓਏ ਹੋਏ 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 ਓਏ ਹੋਏ ਸ਼ਾਬਾ ਵੈਰੀ ਗੁੱਡ ਤਾੜੀਆਂ ਬਈ ਸੇਲ ਗੋਂਦਲ ਨੇ ਲਾ ਦੀਆਂ ਜ਼ੋਰਦਾਰ ਤਾੜੀਆਂ ਪਿੱਛੇ ਲੋ ਪਿੱਛੇ ਬਈ ਓਏ ਹੋਏ ਹੋਏ ਨੋਟਾਂ ਦੀ ਬਾਰਿਸ਼ ਓਏ 500 ਰੁਪਿਆ ਹਾਜੀ ਅਕਰਮ ਸਾਹਿਬ ਔਰ ਸਲਾਮਤ ਅਲੀ ਦੀ ਤਰਫੋਂ 1000 ਰੁਪਿਆ ਇਸ ਜੱਫੇ ਦੇ ਜਨਾਬ ਲੱਗਾ ਸੀ 1000 ਰੁਪਿਆ ਇੱਕ ਹੋਰ ਦੋਸਤ ਨੇ ਜਨਾਬ ਸੇਲ ਗੋਂਦਲ ਨੂੰ ਦਿੱਤਾ ਸਲਾਮਤ ਅਲੀ ਸਾਹਿਬ ਨੇ ਵੀ 1000 ਰੁਪਿਆ ਸੁਹੇਲ ਗੋਂਦਲ ਨੂੰ ਇਧਰੋਂ ਵੀ ਜਨਾਬ ਪਰਸ ਖੁੱਲ ਗਿਆ ਡਾਕਟਰ ਲਾਮਾ ਮੁਹੰਮਦ ਇਕਬਾਲ ਰਹਿਮਤੁਲਾਹ ਅਲੈਹ ਨੇ ਫਰਮਾਇਆ ਸੁਬਹ ਹੋਤੀ ਹੈ ਸ਼ਾਮ ਹੋਤੀ ਹੈ ਯੇ ਜ਼ਿੰਦਗੀ ਯੂਹੀ ਦਵਾਮ ਹੋਤੀ ਹੈ ਪੀਰ ਸੈਯਦ ਇਜਾਜ਼ੁਲ ਅਸਲ ਸ਼ਾਹ ਸਾਹਿਬ ਨੇ ਵੀ 1000 ਰੁਪਿਆ ਸਹਿਲ ਗੋਂਦਲ ਨੂੰ ਜਨਾਬ ਇਨਾਮ ਦੇ ਤੌਰ ਇਸੇ ਤਰ੍ਹਾਂ ਨੰਨੇ ਜਵਾਨ ਉਭੜਦੇ ਜਵਾਨ ਤੇਰੀ ਗੈਰ ਤਾੜੀਆਂ ਬਈ ਜ਼ੋਰਦਾਰ ਤਾੜੀਆਂ ਸਟੇਜ ਤੇ ਬਈ ਤਸ਼ਰੀਫ ਲਿਆਓ ਮੁਹੱਬਤ ਨਾਲ ਦਿਲ ਖੋਲ ਕੇ ਇਹ ਕਬੱਡਰਾਂ ਦੀ ਹੌਸਲਾ ਅਫਜ਼ਾਈ ਕਰ ਰਹੇ ਨੇ ਇੱਧਰ ਜਨਾਬ ਵਿਕਾਸ ਜੱਟ ਪਿੱਛੇ ਛੋਟੇ ਥੱਲੇ ਬਹਿ ਜਾ ਹਲਾ ਬਈ ਤੜਤੀ ਤੇ ਇਹੋ ਜਿਹੇ ਜਵਾਨ ਨਿੱਤ ਨਿੱਤ ਮਾਵਾਂ ਜੰਮ ਗਈਆਂ ਨੇ ਯਾਰ ਜਿਹੜੇ ਕਬੱਡੇ ਡੇਡਰ ਖੇਡ ਕੇ ਵਾਸਤੇ ਤੜਾਂਗੜਾ ਦੀ ਸਰਜ਼ਮੀਨ ਤੇ ਫੁੱਲ ਕੇ ਪਾਕਿਸਤਾਨ ਦੇ ਜ਼ੀਬ ਕਬੱਡਰ ਆ ਗਏ ਨੇ ਜਨਾਬ ਓਏ ਹੋਏ ਸ਼ੁਰੂ ਜਨਾਬ ਚਪੇੜਾਂ ਦੀ ਵੇਖੋ ਗੂੰਜ ਓਏ ਹੋਏ ਜ਼ੋਰ ਗੋਠ ਹੱਥ ਚ ਆ ਗਏ ਤੇ ਜਨਾਬ ਗੋਠ ਛਡਾਉਣਾ ਮੁਸ਼ਕਲ ਹੈ ਤਾੜੀਆਂ ਵਈ ਓਏ ਇੱਧਰ ਆ ਜਾਓ ਜਨਾਬ ਸਟੇਜ ਤੇ ਹਾਜੀ ਅਕਰਮ ਸਾਹਿਬ ਸਲਾਮਤ ਅਲੀ ਸਾਹਿਬ ਔਰ ਦੀਗਰ ਜਿੰਨੇ ਮਹਿਮਾਨ ਬੈਠੇ ਨੇ ਦਿਲ ਖੋਲ ਕੇ ਕਬੱਡਰਾਂ ਦੀ ਹੌਸਲਾ ਅਫਜ਼ਾਈ ਕਰ ਰਹੇ ਨੇ ਵਾਹ ਜੀ ਵਾਹ ਕੀ ਬਾਤ ਸੈਯਦ ਇਜਾਜ਼ੁਲ ਹਸਨ ਸ਼ਾਹ ਸਾਹਿਬ ਯਾਸਰ ਮਿਓ ਪੱਤੋ ਕੀ ਓਏ ਤੇਰੀ ਖੈਰ
फड़ लिया था भाई, एडे वे प्लेयर छोटे ने, रैफरी का फैसला देखा जाएगा भाई, जो रैफरी फैसला करेंगे भाई। हाँ जी रैफरी साहब, दोबारा दोबारा जफाएगा जनाब, दोबारा शहर बंदर साहब कह रहे हैं दोबारा जफा। ओए छोटे हेलो थले बह जा, क्या बात है भाई, यासर में हूं पतो की, ओए डोंट टच मी, हट पीछे भाई, ओ तेरी खैर तो यासर फंस गई, ताड़ियां भाई जोरदार, वेल डन वेल डन। और अहमद नु ताड़ा की ना है, ठीक हो गया, ठीक हो गया जी। राणा दानिश ते जॉन सीना जी शहजादे, वेल डन राणा दानिश ते जापी जॉन सीना जी, जरा फुर्ती बखा लो अपनी, की हो गया। ओए होए होए, हेलो भाई दानिश, चपेड़ मारी है दानिश, की गल है तेरी जी, जॉन सीना गुट आ गया हाथ च, हूं छुटना मुश्किल है, ताड़ियां भी जॉन सीने ने ला दिया, स्टेज पे पहुंच भी जॉन सीना, रहमत आवाज आनी चाहिए, तगड़ा जो तगड़ा जप्पा तगड़ा वाला रहमत अली कबड्डर ते जाफी उस्ताद साबर पर पत्तों की, ओए होए होए, बड़ा ही जोड़ बड़ा ही वाड़ा। इस तू बाद जनाब ठेकेदार आसफ साहब कह रहे हैं कि शेर गोंदल का जफा, इस तू बाद साढ़े इस मेहमान खसूसी ने स्टेज की जीनत ने पिछे हट जी पिछे, रहमत अली साहब।